ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ। ਮੈਂ ਰਾਣਾ ਰਣਜੀਤ। ਇਸ ਵਕਤ ਪੰਜਾਬੀ ਦੇ ਸਿਨੇਮਾ ਦੇ ਵਿੱਚ ਆਪਾਂ ਜਿਹੜਾ ਕਹਿੰਦੇ ਹਾਂ ਕਿ ਸ਼ਾਰਟ ਫਿਲਮਸ ਬਣ ਰਹੀਆਂ ਨੇ, ਔਰ ਮਿਆਰੀ ਸਿਨੇਮਾ ਨੂੰ ਲੈ ਕੇ ਨਵਤੇਜ਼ ਦਾ ਨਾਂ ਅਸੀਂ ਇਗਨੋਰ ਨਹੀਂ ਕਰ ਸਕਦੇ। ਉਹਨਾਂ ਨਾਲ ਮੈਂ ਕੰਮ ਵੀ ਕੀਤਾ ਐਜ਼ ਐਨ ਐਕਟਰ। ਤੁਸੀਂ ਡਾਟਰ ਆਫ ਦਾ ਬਿਨ ਫਿਲਮ ਬਾਰੇ ਸੁਣਿਆ ਹੋਏਗਾ ਉਹਦੇ ਵਿੱਚ। ਹੁਣ ਨਵਤੇਜ਼ ਹੋਰੀ ਫਿਲਮ ਲੈ ਕੇ ਆ ਰਹੇ ਨੇ ਆਪਣੀ ਚੌਥੀ ਫਿਲਮ, ਉਹਦਾ ਨਾਂ ਹੈ ਗੁਆਚੀ ਪੱਗ। ਸੋ ਪੰਜਾਬ ਦਾ ਇੱਕ ਐਸਾ ਦੌਰ ਸੀ, ਕਾਲਾ ਦੌਰ। ਇਹ ਕਾਲੇ ਦੌਰ ਦੀ ਗੱਲ ਤੁਸੀਂ ਫਿਲਮ ਦੇ ਸ਼ੁਰੂ 'ਚ ਸੁਣੋਗੇ ਅਤੇ ਫਿਲਮ ਦੇ ਵਿੱਚ ਵੀ ਦੇਖੋਗੇ। ਵਿੱਚ ਮੈਂ ਐਕਟ ਦੇ ਤੌਰ 'ਤੇ ਨਹੀਂ, ਤੁਸੀਂ ਐਕਟਰ ਦੇ ਤੌਰ 'ਤੇ ਨਹੀਂ ਦੇਖੋਗੇ, ਪਰ ਫਿਲਮ ਦੀਆਂ ਮੈਂ ਕੁਝ ਲਾਈਨਾਂ ਮੈਨੂੰ ਬੋਲਣ ਨੂੰ ਮਿਲੀਆਂ ਨੇ ਸ਼ੁਰੂ ਦੇ ਵਿੱਚ ਇੰਟਰੋਡਕਸ਼ਨ ਦੀਆਂ। ਪੰਜਾਬ, ਜਿਸ ਨੇ ਤਕਰੀਬਨ 15 ਸਾਲ ਇਨਸਾਨੀਅਤ ਦੇ ਹੁੰਦੇ ਕਤਲ ਦਾ ਸੰਤਾਪ ਹੰਡਾਇਆ। ਆਈ ਫੀਲ ਲੱਕੀ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਨਵਤੇਜ਼ ਹੋਰਾਂ ਨੇ ਮੌਕਾ ਦਿੱਤਾ, ਜੋ ਸਾਡਾ ਮਾਣ ਸਨਮਾਨ ਗੁਆਚਿਆ ਸੀ, ਜਿਹਦੇ ਅਸੀਂ ਮਤਲਬ ਆਪ ਕੋਈ ਕਸੂਰਵਾਰ ਨਹੀਂ ਸੀ। ਧੱਕੇ ਨਾਲ ਸਾਡੇ ਗਲ ਆ ਕੇ ਕੁਝ ਐਸੀਆਂ ਚੀਜ਼ਾਂ ਪਈਆਂ ਜਿਨ੍ਹਾਂ ਨੇ ਸਾਡੇ ਸਨਮਾਨ ਨੂੰ ਠੋਕਰ ਮਾਰੀ। ਤੂੰ ਆਰਾਮ ਕਰ ਕਾਕਾ, ਕਰਦਾ ਤੇਰੀ ਪੱਗ ਦਾ ਬੰਦੋਬਸਤ। ਉਹ ਪੰਜਾਬ ਦਾ ਕਾਲਾ ਦੌਰ, ਜਦੋਂ ਭਾਈਆਂ ਨੂੰ ਆਪਸ ਦੇ ਵਿੱਚ ਲੜਾਇਆ ਗਿਆ, ਜਦੋਂ ਸਿਆਸਤ ਇੰਨੀ ਗਰਮਾ ਗਈ ਕਿ ਕੁਝ ਸਰਕਾਰੀ ਅਫਸਰ ਆਪਣੀ ਜੋ ਸਵੈ ਮਾਣ ਸੀ ਉਹ ਤਾਂ ਕੀ ਯਾਦ ਰੱਖਣਾ ਸੀ, ਉਹ ਇਹ ਵੀ ਭੁੱਲ ਬੈਠੇ ਕਿ ਅਸੀਂ ਇਸੇ ਧਰਤੀ ਨੂੰ ਬਿਲੋਂਗ ਕਰਦੇ ਹਾਂ ਪੰਜਾਬ ਨੂੰ। ਇਹ ਪੁਲਿਸ ਕੀ ਨੌਕਰੀ ਅੱਜ ਕੱਲ੍ਹ ਬਹੁਤ ਮੁਸ਼ਕਿਲ ਸੇ ਮਿਲਤੀ ਹੈ। ਉਸ ਵੇਲੇ ਦੇ ਸੱਤਾਧਾਰੀਆਂ ਦੀ ਥਾਪੀ ਵਾਲੇ ਸਰਕਾਰੀ ਅਫਸਰ ਧਰਤੀ ਤੇ ਰੱਬ ਬਣੇ ਬੈਠੇ ਸੀ। ਸੋ ਪੰਜਾਬ ਦੇ ਧਰਤੀ ਦੇ ਪੁੱਤਰਾਂ ਦੀ ਗੱਲ, ਸਨਮਾਨ ਦੀ ਗੱਲ, ਪੰਜਾਬ ਦੇ ਸਨਮਾਨ ਦੀ ਗੱਲ ਇੱਕ ਕਰੈਕਟਰ ਰਾਹੀਂ, ਇੱਕ ਨੌਜਵਾਨ ਰਾਹੀਂ ਤੁਸੀਂ ਦੇਖੋਗੇ। ਇਸ ਕਹਾਣੀ ਵਿੱਚ ਦਿਖਾਈ ਜਾਣ ਵਾਲੀ ਘਟਨਾ ਉਸ ਕਾਲੇ ਦੌਰ ਵਿੱਚ ਝੁਲ ਰਹੀ ਕਾਲੀ ਅੰਨੀ ਬੋਲੀ ਹਨੇਰੀ ਦੀ ਗਵਾਹ ਹੈ। ਫਿਲਮ ਦੇ ਵਿੱਚ ਬਹੁਤ ਅੱਛੇ ਐਕਟਰਾਂ ਨੇ ਕੰਮ ਕੀਤਾ, ਔਰ ਫਿਲਮ ਦੇਖ ਕੇ ਮਜ਼ਾ ਆਏਗਾ। ਇਹ ਕਹਾਣੀ ਹੈ ਇੱਕ ਗਵਾਚੇ ਹੋਏ ਸਨਮਾਨ ਦੀ। ਮੈਨੂੰ ਲੱਗਦਾ ਕਿ ਜਦੋਂ ਅਸੀਂ ਉਸ ਕਾਲੇ ਦੌਰ ਦੀ ਕਹਾਣੀ ਨੂੰ ਵੇਖਾਂਗੇ ਤਾਂ ਉਸ ਭਾਵ ਦੇ ਵਿੱਚੋਂ ਗੁਜ਼ਰਾਂਗੇ, ਤਾਂ ਅਸੀਂ ਮਹਿਸੂਸ ਕਰਾਂਗੇ ਕਿ ਇਹੋ ਜਿਹਾ ਸਮਾਂ ਆਉਣ ਵਾਲੇ ਸਮੇਂ ਵਿੱਚ ਨਾ ਆਵੇ। ਅਰਦਾਸ ਕਰਾਂਗੇ ਇਹੋ ਜਿਹੇ ਕਾਲੇ ਦੌਰ ਤੋਂ ਪੰਜਾਬ ਬਚਿਆ ਰਹੇ।